ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ ਲਹਿਰਾ ਗਾਗਾ ਤੋਂ ਲੈ ਚੱਲਦੇ ਹਾਂ ਜੀ। ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਨੂੰ ਅਕਾਲੀ ਦਲ ਤੋਂ ਬਰਖਾਸਤ ਕਰ ਦਿੱਤਾ ਗਿਆ, ਕੱਲ੍ਹ ਅਕਾਲੀ ਦਲ ਜਵਾਬ ਦਿੰਦੇ ਆ ਪਰਮਿੰਦਰ ਸਿੰਘ ਢੀਂਡਸਾ ਅਤੇ ਢੀਂਡਸਾ ਪਰਿਵਾਰ ਨੇ ਪਹਿਲੀ ਵਾਰ ਅਕਾਲੀ ਦਲ 'ਤੇ ਕੀਤੀ ਕਾਰਵਾਈ ਦੇ ਉੱਪਰ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਕਿ ਮੁਲਤ ਹੋਣ ਤੋਂ ਕੋਈ ਵੀ ਅਫਸੋਸ ਨਹੀਂ ਹੈ। ਢੀਂਡਸਾ ਨੇ ਕਿਹਾ ਕਿ ਅਸੀਂ ਸਭ ਕੁਝ ਪਾਰਟੀ ਦੀ ਭਲਾਈ ਅਤੇ ਤਾਕਤ ਲਈ ਕੀਤਾ। ਅੱਜ ਅਕਾਲੀ ਦਲ ਦੀ ਕੋਰ ਕਮੇਟੀ ਨੇ ਪਰਵਿੰਦਰ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਬਾਗੀ ਸੁਰਾਂ ਨੂੰ ਦੇਖਦੇ ਹੋਇਆ ਪਾਰਟੀ 'ਚੋਂ ਮੁਕਤ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਵਧੇਰੇ ਖੁਸ਼ੀ ਹੈ ਕਿ ਅਕਾਲੀ ਦਲ ਅਨੁਸ਼ਾਸਨ ਵਿੱਚ ਆ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਬਹੁਤ ਸਾਰੇ ਨੇਤਾਵਾਂ ਬਿਨਾਂ ਨੋਟਿਸ ਦੇ ਕੇ ਬੇਦਖਲ ਕਰ ਦਿੱਤਾ ਗਿਆ ਸੀ। ਰਣਜੀਤ ਸਿੰਘ ਬ੍ਰਹਮਪੁਰਾ, ਅਜਨਾਲਾ ਸ਼ੇਖਵਾ, ਮਨਜੀਤ ਸਿੰਘ ਜੀਕੇ ਵਰਗੇ ਵੱਡੇ ਕੱਦਾਵਰ ਲੀਡਰਾਂ ਨੂੰ ਪਾਰਟੀ ਵਿੱਚੋਂ ਬਿਨਾਂ ਨੋਟਿਸ ਦੇ ਕੇ ਕੱਢ ਦਿੱਤਾ ਗਿਆ। ਪਰ ਹੁਣ ਸਾਡੇ ਚੁੱਕੇ ਮੁੱਦਿਆਂ ਸਦਕਾ ਪਾਰਟੀ ਨੂੰ ਅਨੁਸ਼ਾਸਨ ਦੇ ਵਿੱਚ ਆਉਣਾ ਪਿਆ ਅਤੇ ਪਾਰਟੀ ਨੇ ਸਾਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ। ਅਸੀਂ ਠੋਕਵਾਂ ਜਵਾਬ ਪਾਰਟੀ ਨੂੰ ਜ਼ਰੂਰ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਜਾਇਜ਼ ਜਾਇਦਾਦ ਨਹੀਂ ਆ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਭਾਵਨਾ ਅਤੇ ਸੋਚ ਹੈ, ਸਾਡੀ ਭਾਵਨਾ ਅਤੇ ਸੋਚ ਤੋਂ ਸ਼ੁਰੂ ਹੈ ਅਕਾਲੀ ਦਲ। ਢੀਂਡਸਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਦੇ ਅੰਦਰ ਵਰਕ ਕਿੰਨੇ ਦੁਖੀ ਨੇ। ਉਹ ਪਾਰਟੀ ਵਿੱਚ ਘੁੱਟਣ ਮਹਿਸੂਸ ਕਰ ਰਹੇ ਨੇ। ਉਹਨਾਂ ਵਰਕਰਾਂ ਨੇ ਸਾਡੇ ਫੈਸਲੇ ਤੋਂ ਬਾਅਦ ਚੰਗੀ ਉਮੀਦ ਦੀ ਕਿਰਨ ਵੇਖੀ ਹੈ, ਸਾਡੇ ਪੱਖ ਤੋਂ ਲਏ ਫੈਸਲੇ ਅਤੇ ਉਹ ਬਹੁਤ ਕੁਛ ਚੰਗਾ ਪ੍ਰਾਪਤ ਕਰਨ ਦੀ ਉਮੀਦ ਵੀ ਰੱਖ ਰਹੇ ਨੇ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ 5 ਗਲਤੀਆਂ ਦੇ ਬੋਲਦੇ ਹੋਏ ਕਿਹਾ ਕਿ ਪਹਿਲੀ ਗਲਤੀ ਮਾਫ਼ੀ, ਬੇਅਦਬੀ, ਸੁਤੰਤਰ ਸਰਕਾਰ 'ਚ ਵਪਾਰ ਕਰਨ ਆਦਿ ਸਭ ਦੇ ਸਾਹਮਣੇ ਆ ਚੁੱਕੇ ਨੇ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ਵਾਲਾ .com ਦੇ ਨਾਲ।